ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੁਧਿਆਣਾ ਟਾਈਮਸ ਅਤੇ ਮੈਂ ਸ਼ਿਵਪ੍ਰੀਤ ਕੌਰ। ਹੁਣ ਫੈਸਟਿਵ ਸੀਜ਼ਨ ਆ ਗਿਆ ਹੈ, ਯਾਨੀ ਤਿਉਹਾਰਾਂ ਦਾ ਸੀਜ਼ਨ ਆ ਗਿਆ, ਤਾਂ ਇਸ ਵੇਲੇ ਲੋਕ ਸੋਨਾ ਜ਼ਰੂਰ ਖਰੀਦਦੇ ਨੇ, ਆਪਣੇ ਘਰ ਵਿੱਚ ਸੋਨੇ ਦੀ ਨਵੀਂ ਚੀਜ਼ ਜ਼ਰੂਰ ਲੈਂਦੇ ਨੇ। ਅਤੇ ਤੁਹਾਨੂੰ ਦੱਸਦੀ ਹੈ ਕਿ ਹੁਣ ਅੱਜ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਹਫ਼ਤੇ ਦਾ ਤੀਜਾ ਦਿਨ ਹੈ, ਅਤੇ ਇਸ ਦੇ ਨਾਲ ਹੀ ਸੋਨੇ ਦਾ ਰੇਟ ਜਿਹੜਾ ਹੈ ਉਹ 5 ਰੁਪਏ ਪ੍ਰਤੀ 10 ਗ੍ਰਾਮ ਦੀ ਮਾਮੂਲੀ ਗਿਰਾਵਟ ਹੋਈ ਹੈ ਸੋਨੇ ਦੇ ਪ੍ਰਾਈਸ ਵਿੱਚ, ਅਤੇ ਆਪਾਂ ਕਹਿ ਸਕਦੇ ਗੋਲਡ ਪ੍ਰਾਈਸ ਵਿੱਚ। ਅਤੇ ਜਿਸ ਦੇ ਚੱਲਦੇ ਹੁਣ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦਾ ਰੇਟ ਜਿਹੜਾ ਹੈ ਉਹ 47,153 ਰੁਪਏ ਪ੍ਰਤੀ 10 ਗ੍ਰਾਮ ਦੱਸਿਆ ਜਾ ਰਿਹਾ ਹੈ। ਅਤੇ ਦੂਜੇ ਪਾਸੇ ਜੇਕਰ ਆਪਾਂ ਚਾਂਦੀ ਦੀ ਗੱਲ ਕਰੀਏ ਤਾਂ ਉਹ 287 ਰੁਪਏ ਪ੍ਰਤੀ ਰੁਪਏ ਨਾਲ ਡਿੱਗ ਗਈ, ਉਸਦਾ ਫੋਲ ਆ ਗਿਆ ਉਸ ਵਿੱਚ। ਅਤੇ ਇਸ ਨਾਲ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਚਾਂਦੀ ਜਿਹੜੀ ਹੈ ਉਹ ਹੁਣ 64,453 ਰੁਪਏ ਇਹ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਸਦਾ ਰੇਟ ਜਿਹੜਾ ਹੈ ਉਹ ਫਿਕਸ ਕਰ ਦਿੱਤਾ ਗਿਆ ਹੈ। ਪਰ ਹੁਣ ਇਹ ਜਿਵੇਂ ਅੱਗੇ ਹੁਣ ਦੀਵਾਲੀ ਆ ਰਹੀ ਹੈ, ਅਤੇ ਅੱਗੇ ਦੀਵਾਲੀ ਆ ਰਹੀ ਹੈ, ਅਤੇ ਇਸ 'ਤੇ ਇਹ ਵੀ ਕਿਹਾ ਜਾ ਸਕਦਾ ਕਿ ਹੁਣ ਇਹ ਜਿਹੜਾ ਸੋਨੇ ਦਾ ਰੇਟ ਹੈ ਉਹ 47,000 ਕੁਛ ਜਿਹੜਾ ਦੱਸਿਆ ਜਾ ਰਿਹਾ ਹੈ, ਉਸ ਤੋਂ ਹੁਣ 50,000 ਤੱਕ ਵੀ ਪਹੁੰਚ ਸਕਦਾ ਹੈ। ਅਤੇ ਜੇ ਹੁਣ ਆਪਾਂ ਦੇਖੀਏ ਕਿ ਹੁਣ ਜੇ ਹੁਣੇ ਵੀ ਅਸੀਂ ਕੋਈ ਗੋਲਡ ਦੀ ਚੀਜ਼ ਜਾਂ ਕੋਈ ਸੋਨੇ ਦੀ ਚੀਜ਼ ਲੈ ਰਹੇ ਹਾਂ, ਤਾਂ ਵੀ ਤੁਸੀਂ ਇਹ ਚੀਜ਼ ਸੋਚ ਕੇ ਚੱਲੋ ਕਿ ਤੁਸੀਂ ਹਲੇ ਵੀ ਤੁਸੀਂ 2500 ਰੁਪਏ ਤੋਂ ਵੀ ਵੱਧ ਇਸ 'ਤੇ ਕਮਾ ਰਹੇ ਹੋ, ਕਿ ਤੁਸੀਂ ਜਿਹੜੇ ਸੋਨੇ ਦੇ ਜਿਹੜੇ ਵਪਾਰੀ ਨੇ, ਜਿਹੜੇ ਸੁਨਿਆਰੇ ਨੇ, ਉਹ ਉਹਨਾਂ ਲਈ ਉਹ ਵੀ ਇਸ ਚੀਜ਼ ਵਿੱਚ ਕਾਫੀ ਉਹਨਾਂ ਨੂੰ ਵਾਧਾ ਹੋਏਗਾ, ਉਹਨਾਂ ਨੂੰ ਕਾਫੀ ਮੁਨਾਫਾ ਹੋਏਗਾ, ਕਿਉਂਕਿ ਜਿਹੜੇ ਉਹ ਹੁਣ ਸੋਨੇ ਦਾ ਰੇਟ ਜਿਹੜਾ ਹੈ ਉਹਨਾਂ ਨੂੰ ਹਲੇ ਵੀ ਜਿਹੜਾ 47,153 ਰੁਪਏ ਇਹ ਲੌਕ ਕਰ ਦਿੱਤਾ ਗਿਆ ਹੈ, ਇਸ 'ਤੇ ਵੀ ਉਹਨਾਂ ਨੂੰ ਕਾਫੀ ਮੁਨਾਫਾ ਹੋ ਰਿਹਾ। ਅਤੇ ਹੁਣ ਜਿਹੜਾ ਸੋਨੇ ਦਾ ਰੇਟ ਹੈ 50,000 ਤੱਕ ਪਹੁੰਚ ਜਾਏਗਾ, ਅਤੇ ਉਸ 'ਤੇ ਵੀ ਉਹਨਾਂ ਨੂੰ ਕਾਫੀ ਮੁਨਾਫਾ ਜਿਹੜਾ ਹੈ ਹੋ ਸਕਦਾ ਹੈ। ਅਤੇ ਹੁਣ ਜਿਹੜਾ ਦੀਵਾਲੀ ਤੱਕ ਜਿਹੜਾ ਹੈ ਸੋਨੇ ਦਾ ਰੇਟ ਜਿਹੜਾ ਹੈ ਉਹ 50,000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਜੇਕਰ ਤੁਸੀਂ ਸੋਨਾ ਖਰੀਦ ਰਹੇ ਹੋ ਜਾਂ ਉਦੋਂ ਵੀ ਖਰੀਦੋਗੇ, ਤਾਂ ਤੁਸੀਂ ਜਿਹੜਾ ਹੈ 2500 ਰੁਪਏ ਤੋਂ ਵੀ ਜ਼ਿਆਦਾ ਤੁਸੀਂ ਆਪ ਕਮਾ ਰਹੇ ਹੋ, ਤੁਸੀਂ ਸੋਨੇ ਦੀ ਖਰੀਦ ਜੇ ਕਰ ਰਹੇ ਹੋ। ਅਤੇ ਸੋਨੇ ਵਿੱਚ ਨਿਵੇਸ਼ ਕਰਦੀ ਤੁਹਾਨੂੰ ਦੱਸਦੀ ਕਿ ਦੀਵਾਲੀ ਦੇ ਇੱਕ ਹਫ਼ਤੇ ਪਹਿਲਾਂ ਹੀ, ਜਿਵੇਂ ਹੁਣ ਦੀਵਾਲੀ ਤੋਂ ਪਹਿਲਾਂ ਦਾ ਹਫ਼ਤਾ ਚੱਲ ਰਿਹਾ, ਇਸ ਵਿੱਚ ਕਾਫੀ ਮੁਨਾਫਾ ਹੋ ਜਾਂਦਾ ਹੈ। ਅਤੇ ਜਿਹੜੀ ਗਿਰਾਵਟ ਹੋਣੀ ਸੀ ਉਹ ਹੁਣ ਗਿਰਾਵਟ ਜਿਹੜੀ ਹੈ ਹੁਣ ਨਹੀਂ ਹੋਏਗੀ, ਪਰ ਹੁਣ ਜਿਹੜਾ ਸੋਨੇ ਦਾ ਰੇਟ ਹੈ ਇਹ ਸੰਭਾਵਨਾ ਦੱਸੀ ਜਾ ਰਹੀ ਕਿ ਹੁਣ 50,000 ਤੱਕ ਉਹ ਪਹੁੰਚ ਸਕਦਾ ਹੈ। ਡੋਲਰ ਦੇ ਰੇਟ ਜਿਹੜੇ ਨੇ, ਡੋਲਰ ਦੀ ਕਮਜ਼ੋਰੀ ਹੋਣ ਦੇ ਕਰਕੇ ਹੁਣ ਸੋਨੇ ਦੀਆਂ ਕੀਮਤਾਂ ਵਿੱਚ ਜਿਹੜਾ ਹੈ ਵਾਧਾ ਨਜ਼ਰ ਆ ਰਿਹਾ ਹੈ। ਡੋਲਰ ਦਾ ਰੇਟ ਜਿਹੜਾ ਹੈ ਉਹ ਘੱਟ ਜੇ ਹੁੰਦਾ ਹੈ, ਤਾਂ ਉਸ ਵੇਲੇ ਸੋਨੇ ਦਾ ਜਿਹੜਾ ਰੇਟ ਹੈ ਉਹ ਵੱਧ ਜਾਂਦਾ ਹੈ, ਅਤੇ ਜਿਸ ਦੇ ਨਾਲ ਜਿਹੜੇ ਸੁਨਿਆਰੇ ਹੁੰਦੇ ਨੇ ਉਹਨਾਂ ਨੂੰ ਕਾਫੀ ਫਾਇਦਾ ਹੁੰਦਾ ਹੈ। ਨਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਪਲਾਈ ਚੇਨ ਵਿੱਚ ਜ਼ਿਆਦਾਤਰ ਵਸਤੂਆਂ ਵਿੱਚ ਉਛਾਲ ਦਰਜ ਕੀਤੀ ਗਈ ਹੈ। ਹੁਣ ਇਸ ਸੂਚੀ 'ਚ ਸੋਨੇ ਦਾ ਨਾਂ ਵੀ ਜੁੜ ਸਕਦਾ ਹੈ। ਤੁਹਾਨੂੰ ਦੱਸਦੀ ਕੈਨੇਡਾ ਦੇ ਗੋਲਡ ਕਾਰਪੋਰੇਸ਼ਨ ਇੰਕ ਦੇ ਨਾਲ ਕੰਮ ਕਰ ਚੁੱਕੇ ਡੇਵਿਡ ਗਿਰਫਾਲੋ ਅਤੇ ਰੌਬ ਮੈਕਵਿਨ ਦੇ ਅਨੁਸਾਰ ਸੋਨੇ ਦੀਆਂ ਕੀਮਤਾਂ ਵਿੱਚ ਛੇਤੀ ਹੀ ਵਾਧਾ ਦੇਖਿਆ ਜਾ ਰਿਹਾ ਹੈ, ਅਤੇ ਹੁਣ ਇਸ ਦੀਆਂ ਕੀਮਤਾਂ ਜਿਹੜੀਆਂ ਨੇ ਉਹ $3,000 ਪ੍ਰਤੀ ਹੀ ਔਸ ਤੱਕ ਪਹੁੰਚ ਸਕਦੀਆਂ ਹਨ, ਜੋ ਵਰਤਮਾਨ ਵਿੱਚ $1,800 ਦੇ ਆਸ ਪਾਸ ਹਨ। ਜਿਹੜਾ ਅੱਗੇ ਜੇ ਆਪਾਂ ਗੱਲ ਕਰੀਏ ਇਨ ਫਿਊਚਰ ਵੀ ਜਿਹੜਾ ਸੋਨੇ ਦਾ ਰੇਟ ਹੈ ਉਹ $5,000 ਤੱਕ ਵੀ ਪਹੁੰਚ ਸਕਦਾ ਹੈ, ਯਾਨੀ ਕਿ ਜਿਹੜਾ ਸੋਨੇ ਦਾ ਰੇਟ ਹੈ ਹੁਣ ਵੱਧ ਸਕਦਾ ਹੈ। ਅਤੇ ਤੁਹਾਨੂੰ ਜੇ ਸੋਨਾ ਖਰੀਦਣਾ ਤਾਂ ਤੁਸੀਂ ਵੀ ਇਸ ਟਾਈਮ ਹੈ ਤੁਹਾਡੇ ਲਈ ਕਿ ਤੁਸੀਂ ਸੋਨਾ ਜਿਹੜਾ ਹੈ ਉਸਨੂੰ ਜਲਦ ਤੋਂ ਜਲਦ ਲੈ ਲਵੋ, ਤਾਂ ਕਿ ਜਿਹੜਾ ਅੱਗੇ ਜਿਹੜਾ ਸੋਨਾ ਹੈ ਉਸਦਾ ਪ੍ਰਾਈਸ ਜਿਹੜਾ ਹੈ ਉਹਦਾ ਰੇਟ ਜਿਹੜਾ ਹੈ ਉਹ ਵੱਧ ਸਕਦਾ ਹੈ, ਅਤੇ ਇਸ ਨਾਲ ਤੁਹਾਨੂੰ ਕਾਫੀ ਦਿੱਕਤ ਹੋ ਸਕਦੀ ਹੈ। ਤੁਹਾਨੂੰ ਵੀ ਸੋਨਾ ਜਿਹੜਾ ਤੁਸੀਂ ਲੈਣਾ ਜਾਂ ਸੋਚ ਰਹੇ ਹੋ ਲੈਣ ਦਾ ਉਹ ਤੁਹਾਨੂੰ ਛੇਤੀ ਤੋਂ ਛੇਤੀ ਲੈ ਲੈਣਾ ਚਾਹੀਦਾ ਹੈ। ਤਾਂ ਹੋਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ਿਵਪ੍ਰੀਤ ਕੌਰ, ਲੁਧਿਆਣਾ ਟਾਈਮਸ।